ਮਾਨਯੋਗ ਸ੍ਰੀ ਸੁਖਚੈਨ ਸਿੰਘ ਗਿੱਲ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜ਼ਿਲ੍ਹੇ ਦਿਸ਼ਾ ਨਿਰਦੇਸ਼ਾਂ ਦੇ ਮੁੱਖ ਅਫਸਰ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ASI ਸਰਬਜੀਤ ਸਿੰਘ ਚੌਂਕੀ ਇੰਚਾਰਜ ਕਬੀਰ ਪਾਰਕ ਨੂੰ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਦੌਰਾਨ ਨੇ ਨਾਕਾਬੰਦੀ ਦੋਸ਼ੀ ਬਲਜੀਤ ਸਿੰਘ ਉਰਫ ਅਣਖੀਲਾ ਪੁੱਤਰ ਦੀ ਨਿਵਾਸੀ ਨੇੜੇ ਮੰਦਰ ਬਾਲਮੀਕੀ ਪਿੰਡ ਵਾਸਰ ਕੇ ਭੈਣੀ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਮ ਹੈਰਨ ਬਰਾਮਦ ਕੀਤੀ ਅਤੇ ਉਸ ਦੇ ਉੱਪਰ ਮੁਕੱਦਮਾ ਨੰਬਰ 221 ਦਰਜ ਕਰ ਦਿੱਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਨੂੰ ਸਖਤੀ ਨਾਲ ਪੁੱਛਗਿੱਛ ਕਰਕੇ ਉਸ ਕੋਲੋਂ ਹੋਰ ਵੀ ਜਾਣਕਾਰੀ ਹਾਸਲ ਹੋਣ ਦੀ ਸੰਭਾਵਨਾ ਹੈ। ਕੀ ਮਾਮਲਾ ਜਿਹੜਾ ਇਹ ਆਰੋਪੀ ਫੜੇ? ਇਹਦਾ ਨਾਮ ਬਲਜੀਤ ਸਿੰਘ ਹੈ, ਪੁੱਤਰ ਚੰਨਣ ਸਿੰਘ, ਵਾਸੀ ਪਿੰਡ ਬਾਸਰ ਕੇ ਥਾਣਾ ਘਰਿੰਡਾ। ਇਹ ਕੱਲ੍ਹ ਗਸ਼ਤ ਕਰਦੇ ਜਾ ਰਹੇ ਸੀ ਨਵੀਂ ਕਲੋਨੀ ਕਬੀਰ ਪਾਰਕ ਪੁਰਾਣੀ ਚੁੰਗੀ ਲਾਗੇ ਗੇਟ ਦੇ ਸਾਹਮਣੇ, ਸਾਨੂੰ ਦੇਖ ਕੇ ਅਤੇ ਦੇਖ ਦੇ ਵਿੱਚੋਂ ਹੈਰਨ ਸੁੱਟਣ ਲੱਗੇ ਨੂੰ, ਇਹਨੂੰ ਕਾਬੂ ਕੀਤਾ ਸੀਗਾ, ਹੈਰਨ ਫੜੀ ਇਹਦੇ ਕੋਲੋਂ 6 ਗ੍ਰਾਮ। ਕਿੱਥੇ ਸਪਲਾਈ ਕਰਨ ਜਾ ਰਹੇ ਸਰ? ਇਹ ਤੁਰ ਫਿਰ ਕੇ ਵੇਚਦਾ, ਕੁੜੀਆਂ ਬਣਾ ਕੇ ਗਾਹਕਾਂ ਨੇ। ਖੁਦ ਵੀ ਖਾਨਦਾਨ ਦੇ? ਹਾਂ ਹਾਂ, ਖੁਦ ਹੀ ਪੀਂਦਾ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ। ਮਾਨਯੋਗ ਸ੍ਰੀ ਸੁਖਚੈਨ ਸਿੰਘ ਗਿੱਲ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜ਼ਿਲ੍ਹੇ ਦਿਸ਼ਾ ਨਿਰਦੇਸ਼ਾਂ ਦੇ ਮੁੱਖ ਅਫਸਰ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਦੀ ਅਗਵਾਈ ਦੇ ਹੇਠ ASI ਸਰਬਜੀਤ ਸਿੰਘ ਚੌਂਕੀ ਇੰਚਾਰਜ ਕਬੀਰ ਪਾਰਕ ਨੂੰ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਦੌਰਾਨ ਨੇ ਨਾਕਾਬੰਦੀ ਦੋਸ਼ੀ ਬਲਜੀਤ ਸਿੰਘ ਉਰਫ ਅਣਖੀਲਾ ਪੁੱਤਰ ਦੀ ਨਿਵਾਸੀ ਨੇੜੇ ਮੰਦਰ ਬਾਲਮੀਕੀ ਪਿੰਡ ਵਾਸਰ ਕੇ ਭੈਣੀ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਮ ਹੈਰਨ ਬਰਾਮਦ ਕੀਤੀ ਅਤੇ ਉਸ ਦੇ ਉੱਪਰ ਮੁਕੱਦਮਾ ਨੰਬਰ 221 ਦਰਜ ਕਰ ਦਿੱਤਾ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਸ ਨੂੰ ਸਖਤੀ ਨਾਲ ਪੁੱਛਗਿੱਛ ਕਰਕੇ ਉਸ ਕੋਲੋਂ ਹੋਰ ਵੀ ਜਾਣਕਾਰੀ ਹਾਸਲ ਹੋਣ ਦੀ ਸੰਭਾਵਨਾ ਹੈ। ਕੀ ਮਾਮਲਾ ਜਿਹੜਾ ਆਰੋਪੀ ਫੜੇ? ਇਹਦਾ ਨਾਮ ਬਲਜੀਤ ਸਿੰਘ ਹੈ, ਪੁੱਤਰ ਚੰਨਣ ਸਿੰਘ, ਵਾਸੀ ਪਿੰਡ ਬਾਸਰ ਕੇ ਥਾਣਾ ਘਰਿੰਡਾ। ਇਹ ਕੱਲ੍ਹ ਗਸ਼ਤ ਕਰਦੇ ਜਾ ਰਹੇ ਸੀ ਨਵੀਂ ਕਲੋਨੀ ਕਬੀਰ ਪਾਰਕ ਪੁਰਾਣੀ ਚੁੰਗੀ ਲਾਗੇ ਗੇਟ ਦੇ ਸਾਹਮਣੇ, ਸਾਨੂੰ ਦੇਖ ਕੇ ਅਤੇ ਦੇਖ ਦੇ ਵਿੱਚੋਂ ਹੈਰਨ ਸੁੱਟਣ ਲੱਗੇ ਨੂੰ, ਇਹਨੂੰ ਕਾਬੂ ਕੀਤਾ ਸੀਗਾ, ਹੈਰਨ ਫੜੀ ਇਹਦੇ ਕੋਲੋਂ 6 ਗ੍ਰਾਮ। ਕਿੱਥੇ ਸਪਲਾਈ ਕਰਨ ਜਾ ਰਹੇ ਸਰ? ਇਹ ਤੁਰ ਫਿਰ ਕੇ ਵੇਚਦਾ, ਕੁੜੀਆਂ ਬਣਾ ਕੇ ਗਾਹਕਾਂ ਨੇ। ਖੁਦ ਵੀ ਖਾਨਦਾਨ ਦੇ? ਹਾਂ ਹਾਂ, ਖੁਦ ਹੀ ਪੀਂਦਾ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਲਲਿਤ ਸ਼ਰਮਾ ਦੀ ਰਿਪੋਰਟ।